ਦਿਨ ਤੋਂ ਸੋਚ ਰਿਹਾ ਸੀ ਮੈਂ ਕਿਹਾ ਤੁਹਾਡੇ ਨਾਲ ਕੰਸਲਟ ਕਰ ਲਾਂ ਇੱਕ ਵਾਰ ਕਿ how how it thing to you at the moment all well here all well, how are you how's your business going and how's the family business. How's your son doing son doing fine ji haan ji bilkul very good te tusi sunao aro kinna se hello sachikal sachikal how are you good thank you smart boy so you say thank you thank you haan ji ਸਰ ਮੈਂ ਕਰਨਾ ਸੀ ਗੱਲ ਕਿ ਇੱਕ ਤਾਂ ਮੈਂ ਆਪਣਾ ਜੋ ਫਿਨਿਸ਼ ਰਾਈਡ ਹੈ ਉਹ ਵਿਚਕਾਰ ਵਿਚਕਾਰ ਲੈਂਦਾ ਰਹਿੰਦਾ ਸਮ ਟਾਈਮ ਨੋਰਮਲੀ ਆਈ ਵਾਸ ਫੋਲੋਇੰਗ ਕਿ ਅਲਟਰਨੇਟ ਡੇਜ਼ ਤੇ ਵਿਚਕਾਰ ਮੈਂ ਬ੍ਰੇਕ ਵੀ ਲਿਖਤਾ 10-15 ਡੇਜ਼ ਇੱਦਾਂ ਤੇ ਤੁਸੀਂ ਕੀ ਰਿਕਮੈਂਡ ਕਰਦੇ ਸ਼ੁਡ ਆਈ ਕੈਰੀ ਔਨ ਵਿਦ ਦੈਟ ਔਰ ਹੁਣ ਤੁਹਾਡੀ ਏਜ ਕਿੰਨੀ ਹੈ 40 45 41 41 ਰਾਈਟ ਹੈਂਡ ਸਾਈਡ ਮੈਨੂੰ ਲੱਗਿਆ ਕਿ ਥੋੜਾ ਜਿਹਾ ਜਿੱਦਾਂ ਗਰੋਥ ਘੱਟ ਹੋਈ ਹੈ ਪਰ ਲੈਫਟ ਹੈਂਡ ਸਾਈਡ ਆਪਣੀ ਅੱਛਾ ਸੀਗਾ ਕਿਉਂਕਿ ਅਸੀਂ ਅਗਰ ਤੁਸੀਂ ਤੁਹਾਡੇ ਕੋਲ ਇਸ ਤਰ੍ਹਾਂ ਕਰੋ ਆਪਣੇ ਕੋਮ ਹੈਗੀ ਤੁਹਾਡੇ ਕੋਲ ਕੋਮ ਪਲੀਜ਼ ਬੱਚੇ ਕਿ ਤੁਸੀਂ ਕਹਿੰਦੇ ਸੀ ਮੇਬੀ ਸਮ ਟਾਈਮ ਵੀ ਕੁਡ ਡੂ ਅ ਟੈਂਪਲ ਅਸੀਂ ਕਰ ਸਕਦੇ ਨੇ ਵਾਚ ਨਾ ਹਾਂ ਤੁਸੀਂ ਉਹ ਤਾਂ ਛੋਟਾ ਮੋਟਾ ਪ੍ਰੋਸੀਜਰ ਹੈ ਦੱਸਣਾ ਤੁਹਾਡੇ ਕੋਲ ਹੋਏਗਾ ਕਿ ਕਿੰਨੇ ਗ੍ਰਾਫਟ ਅਸੀਂ ਹੋਰ ਕਿੰਨੇ ਗ੍ਰਾਫਟ ਯੂਜ਼ ਕਰ ਚੁੱਕੇ ਨੇ ਕਿੰਨੇ ਕ ਸਾਡੇ ਕੋਲ ਹੋਰ ਹੋਏਗਾ ਐਜੇ ਸਕੋਪ ਜਾਂ ਫਿਰ ਹੈਡ ਦੇ ਹੇਅਰ ਕੁਝ ਯੂਜ਼ ਕਰ ਸਕਦੇ ਨੇ ਹਾਂ ਜਸ ਤੋਂ ਲੈ ਸਕਦੇ ਆ ਲੇਕਿਨ ਇੰਨੇ ਥੋੜੇ ਬਹੁਤ ਵਾਲ ਤੇ ਮਿਲ ਜਾਂਦੇ ਸਕੈਲਪ ਚੋਂ Yeah, I use this. This side. Left to right karo pura, all the way. Okay, this one? Okay. All the way. And aggo piche karo pura. Aggo piche, haan. Yeah. ਠੀਕ ਹੈ ਇਨਾ ਗੈਪ ਤੇ ਨਾਰਮਲ ਹੈ ਉਹ ਤੇ ਦੈਟਸ ਨਥਿੰਗ ਟੂ ਵਰੀ ਅਬਾਊਟ ਓਕੇ ਹਾਂ ਤੇ ਕਿਉਂਕਿ ਜਦੋਂ ਅਸੀਂ ਇਹ ਪੂਰਾ ਕਵਰ ਕੀਤਾ ਸੀਗਾ ਦਿਸ ਸਾਈਡ ਲੁਕਸ ਪ੍ਰੀਟੀ ਡੈਂਸ ਹਾਂ ਕਿਉਂਕਿ ਮੈਨੂੰ ਲੱਗਦਾ ਇਸ ਸਾਈਡ ਕਾਫੀ ਅੱਛੀ ਡੈਂਸ ਆਈ ਹੈ ਬਟ ਦਿਸ ਸਾਈਡ ਸਾਨੂੰ ਲੱਗਦਾ ਕਿ ਥੋੜਾ ਜਿਹਾ ਇੱਥੇ ਸਾਡਾ ਗੈਪ ਹੈ ਇਨਾ ਗੈਪ ਤੇ ਤੁਸੀਂ ਅਲੱਗ ਅਲੱਗ ਕਰੋਗੇ ਬਾਅਦ ਸੇ ਗੈਪ ਤੇ ਉਵੇਂ ਸਕਿਨ ਵਿਲ ਆਲਵੇਸ ਸ਼ਾਈਨ ਥਰੂ ਵੈਨ ਯੂ ਸੈਪਰੇਟ ਇਟਸ ਅ ਬਿਊਟੀਫੁਲ ਰਿਜ਼ਲਟ overall way better than jo assi last time siga very good so anything else you know how to remember how you started off with without any hair without with completely depleted donor bilkul jo assi recover kar liya haan ji te main sochda ki I think I'm coming in December ki assi agar temple ha oh te pichho hi le lange apan temple hardly 250-300 graft lagne ne ਹਾਂਜੀ ਤੇ ਇਨਫੈਕਟ ਅਗਰ ਕਿਤੇ ਸਾਨੂੰ ਵਿਚਕਾਰ ਥੋੜਾ ਕਵਰ ਕਰਨਾ ਹੋਇਆ ਤਾਂ ਵੀ ਕੁਡ ਟੇਕ ਇਫ ਯੂ ਵਾਂਟ ਦੈਟ ਵੀ ਵਿਲ ਪੁੱਟ ਬੀਅਰਡ ਹੇਅਰ देयर ਠੀਕ ਹੈ ਤੇ ਮੈਂ ਮੇਰੇ ਬ੍ਰਦਰ ਵੀ ਹੋਏਗਾ ਮੇਰੇ ਨਾਲ ਨਾ ਐਕਚੁਅਲੀ ਉਹ ਸੋਚ ਰਿਹਾ ਹੈ ਉਹਦੇ ਕਾਫੀ ਬੋਲਡਨੈਸ ਹੈ ਬਟ ਆਈਲ ਬ੍ਰਿੰਗ ਇਟ ਟੂ ਹਿਮ ਕਿ ਉਹ ਤੁਹਾਡੇ ਕੋਲ ਆ ਕੇ ਨਾ ਇੱਕ ਵਾਰ ਕੰਸਲਟੇਸ਼ਨ ਕਰ ਲਾਂਗੇ ਨਹੀਂ ਠੀਕ ਹੈ ਤੇ ਤੁਸੀਂ ਕੁਝ ਹੋਰ ਟ੍ਰੀਟਮੈਂਟ ਸ਼ੁਰੂ ਕਰ ਰਹੇ ਸੀਗੇ ਕਰ ਲਿਆ ਹੈ ਅਸੀਂ ਲੇਜ਼ਰ ਹੇਅਰ ਰਿਮੂਵਲ ਬੋਟੌਕਸ ਫਿਲਰਸ ਔਰ ਇੱਕ ਬੜੀ ਵਧੀਆ ਟ੍ਰੀਟਮੈਂਟ ਆਈ ਹੈ ਹਾਈਫੂ for skin tightening, okay. and
facial skin tightening. Okay. And facial fat removal. ਨਹੀਂ ਠੀਕ ਹੈ, ਆ ਕੇ ਤੁਹਾਨੂੰ ਕੰਸਲਟ ਕਰਾਂਗੇ ਜ਼ਰੂਰ, ਮੈਂ ਬ੍ਰਦਰ ਨੂੰ ਲੈ ਕੇ। ਮੋਸਟ ਵੈਲਕਮ। ਐਂਡ ਪਲੱਸ ਸਰ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਡੂ ਆਈ ਨੀਡ ਟੂ ਯੂਜ਼ ਮਿਨੋਕਸੀਡਾਈਲ ਐਨੀ ਮੋਰ? ਓ ਮਿਨੋਕਸੀਡਾਈਲ ਦੀ ਕੋਈ ਜ਼ਰੂਰਤ ਨਹੀਂ ਹੈਗੀ, ਇਫ ਯੂ ਕੰਟੀਨਿਊ ਟੂ ਟੇਕ ਫਿਨੈਸਟ੍ਰਾਈਡ ਇਜ਼ ਗੁੱਡ ਇਨਫ। ਓਕੇ ਅਲਟਰਨੇਟ। ਓਕੇ 40 ਤੋਂ ਬਾਅਦ ਤਾਂ ਥਿਨਿੰਗ ਬਹੁਤ ਘਟ ਜਾਏਗੀ ਹੁਣ। ਨਹੀਂ ਠੀਕ ਹੈ, ਹਾਂਜੀ ਕਿਉਂਕਿ ਪਿੱਛੋਂ ਤਾਂ ਕਾਫੀ ਅੱਛਾ ਹੈ, ਜੋ ਵੀ ਵੇਖਦੇ ਨੇ ਕਹਿੰਦੇ ਉਹ ਕਿ ਸਾਨੂੰ ਰਿਜ਼ਲਟਸ ਬਹੁਤ ਅੱਛੇ ਨੇ ਤੁਹਾਡੇ ਨਾਲ ਜਿੱਥੇ ਮੈਂ ਜਾਂਦਾ। ਤੁਸੀਂ ਪਹਿਲੇ ਉਹਨਾਂ ਨੂੰ ਪਹਿਲੇ ਹੈਡ ਟ੍ਰਾਂਸਪਲਾਂਟ ਦੀ ਫੋਟੋ ਦਿਖਾਓ ਨਾ ਪਹਿਲਾਂ। ਹਾਂਜੀ ਹਾਂਜੀ, ਉਹਨਾਂ ਨੇ ਵੇਖੀ ਹੋਈ ਹੈ ਇੱਥੇ ਨਾ, ਤੇ ਉਹ ਮੇਰੇ ਬੱਚੇ ਆਏ ਨੇ, ਜਤਿੰਦਰ ਆਇਆ ਸੀ ਤੁਹਾਡੇ ਕੋਲ, ਹਾਂ ਉਹਦਾ ਵੀ ਕਾਫੀ ਅੱਛੀ ਗਰੋਥ ਹੈ, ਮੈਂ ਤੁਹਾਨੂੰ ਪੂਰੇ ਪਿਕਚਰਸ ਭੇਜਾਂ। ਗੁੱਡ ਗੁੱਡ, ਭੇਜਿਓ ਪਿਕਚਰਸ। ਐਂਡ ਉਹ ਮੇਰਾ ਦੂਜਾ ਬ੍ਰਦਰ ਇਨ ਲੋ ਆਈ ਥਿੰਕ ਆ ਰਿਹਾ, ਇੱਕ ਛੋਟੇ ਵਾਲਾ ਮੇਰਾ, ਤੇ ਹੀ ਇਜ਼ ਕਮਿੰਗ ਫੋਰ ਅਨਦਰ ਟ੍ਰੀਟਮੈਂਟ ਤੁਹਾਡੇ ਕੋਲ। ਠੀਕ ਹੈ, ਓਕੇ, ਥੈਂਕ ਯੂ ਸਰ ਜੀ, ਥੈਂਕ ਯੂ।